ਮਲੋੜ ਦੇ ਆਰ ਪੀ ਸਿੰਘ ਹਸਪਤਾਲ 'ਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ 50 ਸਾਲ ਦੀ ਔਰਤ ਦੀ ਬਵਾ ਸਿਰ ਦੇ ਓਪਰੇਸ਼ਨ ਤੋਂ ਬਾਅਦ ਅਚਾਨਕ ਮੌਤ ਹੋ ਜਾਂਦੀ ਹੈ। ਮ੍ਰਿਤਕ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਮੌਤ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। ਡਾਕਟਰ ਨਾਲ ਸਾਰੀ ਗੱਲ ਕਰ ਲਈ, ਪੈਸਾ ਮੰਗਾ ਲਿਆ ਅਸੀਂ 12,000-13,000 ਰੁਪਇਆ ਮੰਗਾ ਲਿਆ। ਇਹਨਾਂ ਨੇ ਸਾਨੂੰ ਆਖਿਆ 9,000 ਦੇ ਦਿਓ, ਅਸੀਂ 9,000 ਜਮ੍ਹਾਂ ਕਰਾਤਾ, ਬਾਕੀ ਅਸੀਂ ਆਖਿਆ ਫਿਰ ਦੇਵਾਂਗੇ। ਇਹ ਕਹਿੰਦੇ ਠੀਕ ਆ। ਫਿਰ ਸਾਨੂੰ ਅਸੀਂ 1:30 ਵਜੇ ਇੱਥੇ ਆ ਗਏ ਸੀ ਅਤੇ 1:30 ਵਜੇ ਸਾਨੂੰ ਇਹਨਾਂ ਨੇ ਸਾਰਾ ਟੈਸਟ ਟੁਸਟ ਕਰਨ ਲੱਗ ਗਏ। 1:45 ਵਜੇ 2:15 ਵਜੇ ਅੰਦਰ ਰਹਿ ਗਏ ਸੀ ਇਹ। ਫਿਰ ਇਹਨਾਂ ਨੇ 4:30 ਵਜੇ ਅੰਦਰੋਂ ਕੱਢ ਕੇ ਅਤੇ ਐਡਾ ਕੁ ਸਾਨੂੰ ਪਤਾ ਨਹੀਂ ਕੀ ਵਿਖਾਤਾ। ਅਸੀਂ 1:00 ਵਜੇ ਅਸੀਂ ਦੋਵੇਂ ਘਾਬਰੇ ਪਏ ਸੀ। ਉਹ ਅਸੀਂ ਵੇਖ ਕੇ ਅਸੀਂ ਆਖਿਆ ਠੀਕ ਆ, ਅੰਦਰ ਲੈ ਗਏ। ਅੰਦਰ ਲਿਜਾ ਕੇ ਅਤੇ ਇਹਨਾਂ ਨੇ ਬੋਤਲ ਲਾ ਦਿੱਤੀ। ਪਹਿਲਾਂ ਬੋਤਲ ਇੱਕ ਟੁੱਟ ਗਈ, ਅਸੀਂ ਆਖਿਆ ਬੋਤਲ ਕਿਵੇਂ ਟੁੱਟ ਗਈ, ਉਹ ਅਸੀਂ ਆਖਿਆ ਚੱਲ ਬਦਲ ਕੇ ਹੋਰ ਲਾ ਦਿਉ। ਇਹਨਾਂ ਨੇ ਹੋਰ 7 ਪੈਸੇ ਲੈ ਕੇ ਹੋਰ ਲੈ ਜਾਂਦੇ। ਅਸੀਂ ਆਖਿਆ ਚੱਲ ਠੀਕ ਆ, ਉਹ ਅਸੀਂ ਲਵਾ ਦਿੱਤੀ ਬੋਤਲ, ਦੁਬਾਰਾ ਲਵਾ ਦਿੱਤੀ ਬੋਤਲ ਲਵਾ ਕੇ ਅਤੇ ਸਾਨੂੰ ਨਰਸਾਂ ਆਉਂਦੀਆਂ ਬੁਲਾਓ ਨਾ। ਇਹ ਮੈਨੂੰ ਆਉਂਦੀ ਮੇਰੇ ਸਿਰ ਨੂੰ ਭੱਜ ਕੇ ਆ ਗਈ ਤਾਂ ਮੇਰੇ ਸਿਰ ਨੂੰ ਕੁਛ ਹੋ ਗਿਆ। ਮੈਂ ਕੋਲੇ ਗਈ, ਆਉਂਦੀ ਮੇਰੇ ਮੁੰਡੇ ਮਿਲਾ ਦੇ। ਮੈਂ ਆਖਿਆ ਮੁੰਡੇ ਮੇਰੇ ਆਹ ਖੜੇ ਇੱਕ ਦੁਕਾਨ 'ਤੇ ਆਈ ਜਾਂਦਾ, ਇਹਨੂੰ ਮਿਲ ਲਏ ਭੱਜ ਕੇ ਅੱਗੇ ਹੋਇਆ। ਆਉਂਦੀ ਪੁੱਤਦੀਪ ਮੇਰੇ ਸਿਰ ਨੂੰ ਕੁਛ ਹੁੰਦਾ, ਅਸੀਂ ਐਂ ਕਰਕੇ ਸਿਰ ਫੜ ਲਿਆ, ਸਿਰ ਫੜ ਲਏ। ਫਿਰ ਭੱਜੀ ਆਈ ਨਰਸ ਜੀ, ਮੈਨੂੰ ਆਉਂਦੀ ਇਹਨੂੰ ਬੁਲਾ ਲਾ। ਮੈਂ ਸਰਾਣੇ, ਫਿਰ ਵੀ ਸਰਾਣੇ ਬੈਠੀ ਗਈ। ਮੈਂ ਆਖਿਆ ਬੋਲਦੀ ਨਹੀਂ, ਦੇਖੋ ਜੀ ਅਸੀਂ ਬਹੁਤ ਵਾਰੀ ਡਾਕਟਰ ਆਇਆ ਨਹੀਂ, ਸਾਡੇ ਬੁਲਾਇਆ ਨਹੀਂ। ਫਿਰ ਅਸੀਂ ਮੈਂ ਭੱਜ ਕੇ ਡਾਕਟਰ ਕੋਲੇ ਗਈ, ਮੈਂ ਆਖਿਆ ਡਾਕਟਰ ਸਾਹਿਬ ਇਹ ਬੋਲਦੀ ਨਹੀਂ, ਕੋਈ ਨਹੀਂ, ਨਸ਼ੇ 'ਚ ਆ, ਕੁਛ ਨਹੀਂ ਹੁੰਦਾ ਇਹ ਨਸ਼ੇ 'ਚ ਆ। ਇਸ ਮਾਮਲੇ ਦੇ ਬਾਰੇ ਡਾਕਟਰ ਆਰ ਪੀ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਓਪਰੇਸ਼ਨ ਤੋਂ ਪਹਿਲਾਂ ਮਰੀਜ਼ ਦੇ ਸਾਰੇ ਟੈਸਟ ਕੀਤੇ ਗਏ ਸਨ ਅਤੇ ਉਹ ਬਿਲਕੁਲ ਨੋਰਮਲ ਹਾਲਤ ਵਿੱਚ ਸੀ ਅਤੇ ਮਰੀਜ਼ ਜਸਵੀਰ ਕੌਰ ਦੀ ਮੌਤ ਦਿਲ ਦੇ ਦੌਰੇ ਯਾਨੀ ਕਿ ਹਾਰਟ ਅਟੈਕ ਕਾਰਨ ਹੋਈ ਹੈ। ਤਿੰਨ ਵਾਰੀ ਦੋ ਵਾਰੀ ਮੈਨੂੰ ਦੇਖਿਆ ਗਿਆ ਪੋਸਟ ਆਪਰੇਟਿਵ, ਬਿਲਕੁਲ ਨੋਰਮਲ ਸੀ। ਸਟਾਫ ਨੇ ਦੇਖਿਆ 2-3 ਵਾਰੀ, ਬਿਲਕੁਲ ਨੋਰਮਲ ਸੀ। ਇਹਨਾਂ ਦੇ ਪੇਸ਼ੈਂਟ ਦੇ ਰਿਲੇਟਿਵ ਕੋਲੇ ਬੈਠੇ ਰਹੇ ਹੈਗੇ, ਸਾਨੂੰ ਤਾਂ ਅਚਾਨਕ ਦੱਸਿਆ ਜੀ ਕਹਿੰਦੇ ਕਿ ਪੇਸ਼ੈਂਟ ਬੋਲ ਨਹੀਂ ਰਿਹਾ, ਅਤੇ ਉਹ ਜੇ ਕਹਿੰਦੇ ਕਹਿੰਦੇ ਤੁਸੀਂ ਬੁਲਾਇਆ ਨਹੀਂ ਕਰਿਆ, ਤੁਸੀਂ ਕੋਲੇ ਬੈਠੇ ਹੋ, ਕੋਈ ਤਕਲੀਫ ਹੁੰਦੀ, ਕੋਈ ਦਰਦ ਹੈ, ਤਕਲੀਫ ਹੈ, ਅਤੇ ਪੇਸ਼ੈਂਟ ਨੂੰ ਕੋਈ ਸਾਹ ਹੀ ਆਖਾ ਹੁੰਦਾ ਤਾਂ ਘੱਟੋ ਘੱਟ ਦੱਸਣ ਤਾਂ ਸਹੀ। ਅਤੇ ਜਿਹੜਾ ਓਲਡ ਏਜ ਦੇ ਡਿਊਰਿੰਗ ਕੋਈ ਅਚਾਨਕ ਹੋ ਜਾਂਦਾ ਸਡਨ ਕਾਰਡੀਅਕ ਅਰੈਸਟ, ਇਸ ਤੋਂ ਇਲਾਵਾ ਹੋਰ ਵੀ ਮੈਂ ਕਿਸੇ ਵੀ ਪੇਸ਼ੈਂਟ ਦੇ ਨਾਲ ਦਿਆਂ ਕੋਈ ਗੱਲ ਨਹੀਂ, ਸਿੰਪਲ ਇਹਨੇ ਕਿਹਾ ਕੋਈ ਤਕਲੀਫ ਹੋਵੇ ਤਾਂ ਦੱਸ ਦੇਣਾ, ਅਤੇ ਬਾਕੀ ਇਹ ਨਾ ਗੱਲ ਕਰਨ ਵਾਸਤੇ ਜਾਂ ਪੇਸ਼ੈਂਟ ਨੂੰ ਨਾ ਉਠਾਉਣ ਵਾਸਤੇ ਮੈਂ ਕੋਈ ਨਹੀਂ ਕਰਦਾ। ਪੇਸ਼ੈਂਟ ਦਾ ਟਾਕਿੰਗ ਸੀ, ਪੇਸ਼ੈਂਟ ਗੱਲਬਾਤ ਕਰ ਰਿਹਾ ਸੀਗਾ, ਕੋਈ ਸੀਰੀਅਸ ਕੇਸ ਨਹੀਂ, ਛੋਟਾ ਜਿਹਾ ਕੇਸ ਹੈ, ਇਹਦੇ ਵਿੱਚ ਕੋਈ ਜ਼ਿਆਦਾ ਰਿਸਕ ਦੀ ਕੋਈ ਲੋੜ ਨਹੀਂ ਹੁੰਦੀ। ਅੱਜ ਤਾਂ ਮਤਲਬ ਕਿ 3-4 ਘੰਟੇ ਬਾਅਦ ਸ਼ਾਮ ਨੂੰ ਫਿਰ ਵੀ ਕਰ ਦੇ। ਮੈਂ ਜਾ ਕੇ ਪੇਸ਼ੈਂਟ ਨੂੰ ਐਗਜੈਕਟ ਕੀਤਾ, ਦੇਖਿਆ, ਚੈੱਕ ਕੀਤਾ, ਉਹਨੂੰ ਕਾਰਡੀਅਕ ਮਸਾਜ ਕੀਤਾ ਹੈਗਾ, ਉਹਨੂੰ ਉਹਦੇ ਹਾਰਟ ਨੂੰ ਮਤਲਬ ਕਾਰਡੀਅਕ ਮਸਾਜ ਕਰਨ ਤੋਂ ਬਾਅਦ, ਉਸ ਤੋਂ ਬਾਅਦ 10 ਮਿੰਟਾਂ ਬਾਅਦ ਮੈਂ ਇਹਨੂੰ ਡਿਕਲੇਅਰ ਕੀਤਾ ਹੈਗਾ ਕਿ ਪੇਸ਼ੈਂਟ ਇਮੀਡੀਏਟਲੀ ਇਹਨਾਂ ਦੇ ਕਾਲ ਦੇ ਵਿਦਨ 10 ਸੈਕਿੰਡਸ ਵੀ ਲੱਗੇ, ਵਿਦਨ 5 ਸੈਕਿੰਡਸ ਇਮੀਡੀਏਟਲੀ ਇਹਨਾਂ ਨੂੰ ਦੇਖਿਆ, ਜਿਸ ਲਈ ਮੈਨੂੰ ਇਹਨਾਂ ਨੇ ਰਿਫਰ ਵੀ ਦਿੱਤੀ ਉਸ ਵਕਤ। ਇਹ ਮਾਮਲਾ ਜਦ ਪੁਲਿਸ ਕੋਲ ਪਹੁੰਚਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਡਾਕਟਰ ਆਰ ਪੀ ਸਿੰਘ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਵੀ ਜਾਰੀ ਹੈ। ਇਹ ਜੀ ਕੱਲ੍ਹ ਨੂੰ 2:00 ਵਜੇ ਜਸਵੀਰ ਕੌਰ ਲੇਡੀਜ਼ ਆ ਪਿੰਡ ਅਰਨੀ ਵਾਲਾ ਵਜ਼ੀਰਾ ਦੀ, ਉਹਨੂੰ ਬਵਾਸੀਰ ਦੀ ਸ਼ਿਕਾਇਤ ਸੀ, ਉਹ ਇੱਥੇ ਆਈ, ਉਹਦਾ 2:00 ਵਜੇ
ਚਾਰ ਕੁ ਵਜੇ ਮਤਲਬ 2 ਵਜੇ ਆਈ, 4 ਵਜੇ ਉਹਦਾ ਬਾਬਾ ਸੀਰ ਦਾ ਓਪਰੇਸ਼ਨ ਕੀਤਾ ਡਾਕਟਰ ਆਰ ਪੀ ਸਿੰਘ ਨੇ, ਅਤੇ 7 ਕੁ ਵਜੇ ਉਹਦੀ ਮੌਤ ਹੋ ਗਈ। ਅਤੇ ਉਹਨਾਂ ਦੇ ਵਾਰਸਾਂ ਦਾ ਇਹ ਕਹਿਣਾ ਵੀ ਡਾਕਟਰ ਦੀ ਅਣਗਹਿਲੀ ਕਰਕੇ ਜਿਹੜੀ ਇਹ ਮੌਤ ਹੋਈ ਹੈ, ਅਸੀਂ ਉਹ ਮਾਮਲਾ ਦਰਜ ਕਰ ਲਿਆ, ਤਫਤੀਸ਼ ਕਰ ਲਿਆ। ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਮਾਮਲਾ ਅਸਲ 'ਚ ਡਾਕਟਰ ਦੀ ਲਾਪਰਵਾਹੀ ਦਾ ਹੈ ਜਾਂ ਮਰੀਜ਼ ਨੂੰ ਵਾਕਈ ਦਿਲ ਦਾ ਦੌਰਾ ਪਿਆ ਸੀ। ਇਹ ਤਾਂ ਹੁਣ ਜਾਂਚ ਵਿੱਚ ਹੀ ਸਾਹਮਣੇ ਆ ਸਕਦਾ ਹੈ। ਮਲੋੜ ਤੋਂ ਚੇਤਨਪੁਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।